हाँ शिवेंद्र गोल्डी तू कि मैं इतने तेरे ढाबे आया सी मैं तो इतने डेंटल कॉलेज आया यार की कल कोई दंद दुंद कटाउणा सी ना सगों इतों की एक नर्स आ देख के दंद जे कटदी रहिंदी वो तो ट्राई मारना है अच गल कर लैनी मैं जे तो पलक मन गई फिर तो जो मसूड़िया चो खून आंदा वह भी बंद हो जू नहीं तो फिर नासा चो भी आने लग जू वैसे तू टच च नहीं अज तेरी लोड़ पै सकती है गोल्डी फिलहाल तो तेरी लोड़ है यार मैनू आजा आजा फिर इधर डेंटल कॉलेज पार्किंग ची मैं चल ठीक है ਉਹਨੂੰ ਉੱਥੇ ਹੋਣਾ ਐਕਸਕਿਊਜ਼ ਮੀ ਉਹ ਮੈਂ ਨਾ 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 ਤੁਸੀਂ ਨਹੀਂ ਕਹਿਣਾ ਐਕਸਕਿਊਜ਼ ਮੀ ਜੇ ਐਕਸਕਿਊਜ਼ ਮੀ ਤੁਸੀਂ ਕਹਿ ਤਾਂ ਮੈਂ ਗੱਲ ਕਿੱਥੋਂ ਸ਼ੁਰੂ ਕਰਨੀ ਆ ਇਹ ਮੈਂ ਕਹਿਣਾ ਐਕਸਕਿਊਜ਼ ਮੀ ਐਕਸਕਿਊਜ਼ ਮੀ ਦੱਸੋ ਆ ਵਿਆਹ ਤੋਂ ਬਾਅਦ ਵਾਟੀ ਬੰਦੇ ਨਾਲ ਕਿੰਨਾ ਝਗੜਾ ਕਰਦੀ ਹੈ ਵਿਆਹ ਤੋਂ ਬਾਅਦ ਵਾਟੀ ਬੰਦੇ ਦੀ ਕਿੰਨੀ ਬੇਇੱਜ਼ਤੀ ਕਰਦੀ ਹੈ ਵਿਆਹ ਤੋਂ ਬਾਅਦ ਵਾਟੀ ਬੰਦੇ ਨਾਲ ਕੁੱਤੇ ਖਾਣੀ ਕਰਦੀ ਹੈ ਮੈਂ ਚਾਹੁੰਦਾ ਮੇਰੀ ਇਹ ਕੁੱਤੇ ਖਾਣੀ ਤੁਹਾਡੇ ਹੱਥੋਂ ਹੋਵੇ ਹੁਣ ਆਪੇ ਸਮਝ ਲਓ ਮੈਂ ਕੀ ਚਾਹੁੰਦਾ ਮਤਲਬ ਮਤਲਬ ਇਹ ਹੈ ਕਿ ਤੁਹਾਡਾ ਵਿਆਹ ਹੋ ਗਿਆ ਕਿਉਂ ਤੁਸੀਂ ਮੇਰੇ ਵਿਆਹ 'ਚ ਰਾਸ਼ਨ ਸਪਲਾਈ ਕਰਨਾ ਉਹ ਤੁਹਾਡੇ ਘਰ ਦੇ ਕਰਨਗੇ ਸਾਰਾ ਇੰਤਜ਼ਾਮ ਮੈਂ ਤਾਂ ਤੁਹਾਡੇ ਵਿਆਹ ਦੇ ਵਿੱਚ ਸਿਰਫ ਲਾੜਾ ਸਪਲਾਈ ਕਰਨਾ ਵੇਖਿਆ ਕੋਈ ਲਾੜਾ ਹਾਂ ਰੋਜ਼ ਵੇਖਦਾ ਸ਼ੀਸ਼ੇ ਦੇ ਵਿੱਚ ਜਦੋਂ ਸ਼ੀਸ਼ਾ ਦੇਖਦਾ ਸ਼ੀਸ਼ਾ ਮੈਨੂੰ ਲਾਂਤਾ ਪਾਉਂਦਾ ਮੈਨੂੰ ਚੀਖ ਚੀਖ ਕੇ ਕਹਿੰਦਾ ਵਾ ਤੂੰ ਇੱਥੇ ਖੜਾ ਕੀ ਕਰ ਰਿਹਾ ਜਾ ਜਾ ਕੇ ਕਿਸੇ ਖੂਬਸੂਰਤ ਜਿਹੀ ਡੈਂਟਲ ਨਰਸ ਦਾ ਲਾੜਾ ਬਣ ਅੱਛਾ ਜੀ ਤੇ ਪਹਿਲੀ ਮੁਲਾਕਾਤ 'ਚ ਕਿਸੇ ਕੁੜੀ ਦਾ ਲਾੜਾ ਬਣ ਜਾਈਦਾ ਹੈ ਇਹ ਵੀ ਸ਼ੀਸ਼ਾ ਕਹਿੰਦਾ ਐ ਮੇਰੀ ਮਾਂ ਕਹਿੰਦੀ ਮੇਰੀ ਮਾਂ ਕਹਿੰਦੀ ਹੈ ਕਿ ਬੇਟਾ ਟੀਚੇ ਉੱਚੇ ਹੋਣੇ ਚਾਹੀਦੇ ਬੰਦਾ ਆਪਣੇ ਟੀਚੇ ਤੱਕ ਨਾਮ ਹੀ ਪਹੁੰਚੇ ਨੇੜੇ ਤੇੜੇ ਤੇ ਪਹੁੰਚ ਜਾਂਦਾ ਨਾ ਸੋ ਮੈਂ ਸੋਚਿਆ ਕਿ ਲਾੜੇ ਦਾ ਹੀ ਸੋਚਦੇ ਹਾਂ ਜੇ ਬਾਈ ਚਾਂਸ ਲਾੜਾ ਨਾ ਵੀ ਬਣਿਆ ਗਿਆ ਤੇ ਬੁਆਏਫ੍ਰੈਂਡ ਤੇ ਬਣ ਹੀ ਜਾਵਾਂਗੇ ਨਾ ਵੈਸੇ ਤੁਸੀਂ ਮੈਨੂੰ ਪਛਾਣਿਆ ਨਹੀਂ ਪੰਜਾਬ ਦੇ ਲੱਖਾਂ ਕਰੋੜਾਂ ਲੋਕ ਮੈਨੂੰ ਹਾਲੇ ਨਹੀਂ ਪਛਾਣਦੇ ਕਿਉਂਕਿ ਮੈਂ ਅਪਕਮਿੰਗ ਪੌਪ ਸਟਾਰ ਹਾਂ ਪਰ ਇੱਕ ਦਿਨ ਆਏਗਾ ਜਦੋਂ ਮੈਨੂੰ ਸਾਰੇ ਪਹਿਚਾਣਨ ਕੋਈ ਨਾ ਜਿਸ ਦਿਨ ਪਛਾਣਨ ਲੱਗ ਜਾਣਗੇ ਨਾ ਮੈਂ ਆਪਣੇ ਆਪ ਹੀ ਆ ਜਾਊਂਗੀ ਆਪਣਾ ਰਿਸ਼ਤਾ ਲੈ ਕੇ ਤੁਹਾਡੇ ਘਰ ਹੁਣ ਤੁਸੀਂ ਮੈਨੂੰ ਆਪਣੇ ਘਰ ਜਾਣ ਦਿਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਛੱਡ ਦਿੰਦਾ ਫਿਲਹਾਲ ਮੇਰਾ ਐਕਟਿਵਾ ਤਾਂ ਛੱਡ ਦਿਓ ਹਾਂਜੀ ਸੋ ਸੌਰੀ ਮੇਰਾ ਹੀ ਹੈ ਦੇਖੋ ਮੈਂ ਮਤਲਬ ਐਕਚੁਅਲੀ ਆਈ ਨੈਵਰ ਨਿਊ ਕਿ ਐਕਟਿਵਾ ਤੁਹਾਡਾ ਹੈਗਾ ਮੈਂ ਤਾਂ ਕੁਦਰਤੀ ਆਇਆ ਅਤੇ ਆ ਕੇ ਇਹਦੇ 'ਤੇ ਹੀ ਬਹਿ ਗਿਆ ਹੁਣ ਦੱਸ ਮੈਂ ਕੀ ਕਰਾਂ ਯਾਰ ਸੋ ਆਹ ਸਿਚੁਏਸ਼ਨ ਹੈ ਸਾਰੀ ਭਾਬੀ ਤੇਰੀ ਕਹਿੰਦੀ ਸਹੁਰੇ ਮੈਂ ਆਉਣਾ ਨਹੀਂ ਪੇਕੇ ਮੈਨੂੰ ਵੜਨ ਨਹੀਂ ਦਿੰਦੀ ਹੁਣ ਦੱਸ ਵੀ ਜਿੰਨਾ ਚਿਰ ਉਹ ਨਾਰਾਜ਼ ਹੈ ਮੈਂ ਆਪਦੀ ਬੱਚੀ ਨੂੰ ਵੀ ਨਾ ਮਿਲਾਂ ਤੂੰ ਕਹਿੰਦਾ ਮੈਂ ਗੱਲ ਕਰਾਂ ਫਿਰ ਭਾਬੀ ਨਾਲ ਜਾ ਕੇ ਉਹ ਤੂੰ ਰਹਿਣ ਦੇ ਭਰਾਵਾ ਮੈਨੂੰ ਤਾਂ ਉਹਨੇ ਧੱਕੇ ਮਾਰ ਕੇ ਕੱਢਿਆ ਸੀ ਤੇਰੇ ਤਾਂ ਛਿੱਤਰ ਮਾਰੂਗੀ ਕਹੂਗੀ ਜ਼ਿੰਦਗੀ ਜਿਹਨੂੰ ਮੈਂ ਦੇਖਿਆ ਨਹੀਂ ਉਹ ਮੈਨੂੰ ਸਲਾਹ ਦੇਣ ਆ ਗਿਆ ਪਰ ਤੂੰ ਆਪਣੀ ਬੱਚੀ ਨੂੰ ਮਿਲਣਾ ਨਾ ਤੂੰ ਉਹਦੇ ਘਰ ਜਾ ਕੇ ਜ਼ਰੂਰ ਮਿਲਣਾ ਤੂੰ ਬੱਚੀ ਨੂੰ ਸਕੂਲੇ ਮਿਲ ਤੈਨੂੰ ਕੌਣ ਰੋਕ ਸਕਦਾ ਆਪਣੀ ਬੱਚੀ ਨੂੰ ਮਿਲਣ ਤੋਂ ਹਾਂ